ਤੁਰਕੀ ਦੇ ਅਧਿਕਾਰਿਕ ਤੌਰ ਤੇ ਤੁਰਕੀ ਹੋਣ ਅਤੇ ਇੰਡੀਆ ਦਾ ਛੇਤੀ ਹੀ ਭਾਰਤ ਨਾਮ ਹੋਣ ਦੀਆਂ ਅਫਵਾਹਾਂ ਹਨ। ਅਜਿਹੇ ਵਿੱਚ ਅਸੀਂ ਪਤਾ ਕੀਤਾ ਕਿ ਨਾਮ ਤਬਦੀਲੀ ਕੀ ਹੈ ਅਤੇ ਇਸ ਨਾਲ ਫਰਕ ਕਿਉਂ ਪੈਂਦਾ ਹੈ। ਇਹ ਰਿਪੋਰਟ ਇਰਿਕ ਵੀਨਰ ਦੀ ਹੈ ਅਤੇ ਆਵਾਜ਼ ਅਵਤਾਰ ਸਿੰਘ ਦੀ। ਵਿਲੀਅਮ ਸ਼ੇਕਸਪੀਅਰ ਦਾ ਕਥਨ ਹੈ ਕਿ ਜਿਸ ਨੂੰ ਅਸੀਂ ਗੁਲਾਬ ਕਹਿੰਦੇ ਹਾਂ, ਜੇਕਰ ਉਸਨੂੰ ਕਿਸੇ ਹੋਰ ਨਾਮ ਨਾਲ ਪੁਕਾਰੀਏ ਤਾਂ ਉਸਦੀ ਮਹਿਕ ਉਨੀ ਹੀ ਮਿੱਠੀ ਹੋਵੇਗੀ। ਉਹਨਾਂ ਦਾ ਇਹ ਕਥਨ ਗਲਤ ਸੀ। ਨਾਮ ਮਾਇਨੇ ਰੱਖਦੇ ਹਨ। ਮੇਰੇ ਤੇ ਵਿਸ਼ਵਾਸ ਕਰੋ। ਮੇਰਾ ਉਪਨਾਮ ਵੀਨਰ ਮਾਣ ਅਤੇ ਨਿਰਾਸ਼ਾ ਦੋਵਾਂ ਦਾ ਸਰੋਤ ਹੈ। ਇਸੇ ਤਰ੍ਹਾਂ ਕਈ ਸਥਾਨਾਂ ਦੇ ਨਾਮ ਹਨ, ਪਰ ਜੋ ਤੁਹਾਨੂੰ ਪਸੰਦ ਨਹੀਂ ਹੈ ਤੁਸੀਂ ਉਸਨੂੰ ਬਦਲ ਸਕਦੇ ਹੋ। ਦੁਨੀਆ ਭਰ ਦੀਆਂ ਸਰਕਾਰਾਂ ਨੇ ਹਾਲ ਹੀ ਵਿੱਚ ਸੈਂਕੜੇ ਸ਼ਹਿਰਾਂ, ਕਸਬਿਆਂ ਅਤੇ ਰਾਸ਼ਟਰੀ ਪਾਰਕਾਂ ਦੇ ਨਾਮ ਬਦਲੇ ਹਨ। ਇਹ ਤਬਦੀਲੀਆਂ ਹਾਲਾਂਕਿ ਹਮੇਸ਼ਾ ਪਰੇਸ਼ਾਨ ਕਰਨ ਵਾਲੀਆਂ ਅਤੇ ਅਕਸਰ ਵਿਵਾਦਪੂਰਨ ਹੁੰਦੀਆਂ ਹਨ। ਕਈ ਮਾਮਲਿਆਂ ਵਿੱਚ ਦੇਸ਼ ਦੇ ਨਾਮ ਵੀ ਬਦਲ ਰਹੇ ਹਨ। ਹਾਲਾਂਕਿ ਜਦੋਂ ਨਾਮ ਬਦਲਣ ਦੀ ਗੱਲ ਆਉਂਦੀ ਹੈ ਤਾਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਸਭ ਤੋਂ ਅੱਗੇ ਖੜ੍ਹਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਇੱਥੇ ਬਸਤੀਵਾਦੀ ਅਤੇ ਮੁਸਲਿਮ ਨਾਵਾਂ ਦੀ ਥਾਂ ਹਿੰਦੂ ਨਾਮ ਰੱਖੇ ਗਏ ਹਨ। ਇਹਨਾਂ ਨਾਮ ਤਬਦੀਲੀਆਂ ਵਿੱਚ ਮਦਰਾਸ ਚੇਨਈ ਬਣ ਗਿਆ, ਬੰਗਲੌਰ ਬੈਂਗਲੁਰੂ ਅਤੇ ਇਲਾਹਾਬਾਦ ਪ੍ਰਯਾਗਰਾਜ ਬਣ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ ਕਿ ਪੂਰਾ ਦੇਸ਼ ਜਲਦ ਹੀ ਇੱਕ ਨਵੇਂ ਨਾਮ ਨਾਲ ਜਾਣਿਆ ਜਾ ਸਕਦਾ ਹੈ, ਯਾਨੀ ਭਾਰਤ। ਭਾਰਤ ਇੱਕ ਸੰਸਕ੍ਰਿਤ ਅਤੇ ਹਿੰਦੀ ਨਾਮ ਹੈ। ਕਿਸੇ ਰਾਸ਼ਟਰ ਦਾ ਅਧਿਕਾਰਿਤ ਨਾਮ ਬਦਲਣਾ ਆਸਾਨ ਜਾਂ ਸਸਤਾ ਨਹੀਂ ਹੁੰਦਾ। ਇਸ ਲਈ ਸੰਬੰਧਿਤ ਦੇਸ਼ ਨੂੰ ਸੰਯੁਕਤ ਰਾਸ਼ਟਰ ਨੂੰ ਅਧਿਕਾਰਿਕ ਤੌਰ 'ਤੇ ਨੋਟਿਸ ਭੇਜਣਾ ਹੁੰਦਾ ਹੈ ਅਤੇ ਸਲਾਹ ਦੇਣੀ ਹੁੰਦੀ ਹੈ ਕਿ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ 6 ਅਧਿਕਾਰਿਤ ਭਾਸ਼ਾਵਾਂ ਵਿੱਚ ਨਾਮ ਕਿਵੇਂ ਲਿਖਿਆ ਜਾਵੇਗਾ। ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਵਿਸ਼ਵ ਭੂਗੋਲਿਕ ਨਾਵਾਂ ਦੇ ਡੇਟਾਬੇਸ ਵਿੱਚ ਨਵਾਂ ਨਾਮ ਦਰਜ ਕਰਦੇ ਹਨ। ਚਿੰਨ੍ਹ, ਫੌਜੀ ਵਰਦੀਆਂ, ਸਰਕਾਰੀ ਮੁਦਰਾ, ਸਰਕਾਰੀ ਲੈਟਰਹੈੱਡ ਅਤੇ ਹੋਰ ਵੀ ਬਹੁਤ ਕੁਝ ਨੂੰ ਬਦਲਣਾ ਹੁੰਦਾ ਹੈ। ਹਾਲਾਂਕਿ ਜਿਵੇਂ ਹੀ ਬਸਤੀਵਾਦ ਖਤਮ ਹੋਣ ਵਿੱਚ ਤੇਜ਼ੀ ਆਈ, 1970 ਅਤੇ 80 ਦੇ ਦਹਾਕੇ ਵਿੱਚ ਨਾਮ ਤਬਦੀਲੀ ਦਾ ਇੱਕ ਤਰ੍ਹਾਂ ਹੜ੍ਹ ਹੀ ਆ ਗਿਆ। ਇਸ ਤਰ੍ਹਾਂ 1972 ਵਿੱਚ ਸੀਲੋਨ ਤੋਂ ਸ਼੍ਰੀਲੰਕਾ ਹੋ ਗਿਆ ਸੀ। 2018 ਵਿੱਚ ਮੈਕੇਡੋਨੀਆ ਨੇ ਆਪਣਾ ਨਾਮ ਬਦਲ ਕੇ ਉੱਤਰੀ ਮੈਕੇਡੋਨੀਆ ਕਰ ਲਿਆ ਸੀ। ਜਨਰਲ ਓਸਲਾ ਵਿੱਚ ਮਾਨਵ ਵਿਗਿਆਨੀ ਥਾਮਸ ਐਰਿਕਸਨ ਨੇ ਲਿਖਿਆ, ਜਾਣਬੁੱਝ ਕੇ ਕਿਸੇ ਇਤਿਹਾਸਿਕ ਸਥਾਨ ਦਾ ਨਾਂ ਬਦਲਣਾ ਇੱਕ ਨਾਟਕ ਹੈ ਜਿਸ ਨਾਲ ਵਿਵਾਦ ਅਤੇ ਅਸਹਿਮਤੀ ਪੈਦਾ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ। ਸਥਾਨਾਂ ਦੇ ਨਾਮ ਚੰਗੇ ਜਾਂ ਮਾੜੇ ਹੋਣ, ਇਹ ਇਤਿਹਾਸ ਨਾਲ ਜੁੜੇ ਹੋਏ ਹਨ।